ਹਾਂਜੀ ਪਿਆਰੇ ਵਿਦਿਆਰਥੀਓ, ਬੇਟਾ ਇੱਕ ਤੁਹਾਡਾ ਲੈਵਲ ਅਪ ਕਰਨ ਵਾਸਤੇ ਤੀਜੀ ਤੋਂ ਦਸਵੀਂ ਜਮਾਤ ਦਾ ਕੰਪੀਟੈਂਸੀ ਦੇ ਵਿੱਚ ਮਤਲਬ ਜਿਹੜੀਆਂ ਵੀ ਤੁਹਾਡੇ ਬੇਸਿਕ ਚੀਜ਼ਾਂ ਨੇ ਉਹਨਾਂ ਨੂੰ, ਜਿਹਨਾਂ ਨੂੰ ਮੁੱਢਲੀਆਂ ਕੁਸ਼ਲਤਾਵਾਂ ਕਹਿੰਦੇ ਆ, ਉਹਨਾਂ ਦੇ ਲਈ ਇੱਕ ਵੱਖਰੀ ਸੀਰੀਜ਼ ਸ਼ੁਰੂ ਕੀਤੀ ਹੈ। ਕੀ ਆ ਉਹਦੇ 'ਚ ਆਪਾਂ ਅੱਗੇ ਚੱਲਦੇ ਹਾਂ। ਇਹਦੇ ਵਿੱਚ ਬੇਟਾ 6ਵੀਂ ਤੋਂ 10ਵੀਂ ਤੱਕ 4 ਸਬਜੈਕਟ ਇਹਨਾਂ ਨੇ ਲਿੱਤੇ ਨੇ, ਪੰਜਾਬੀ, ਮੈਥ, ਸਾਇੰਸ ਅਤੇ ਸਮਾਜਿਕ ਸਿੱਖਿਆ। ਮਤਲਬ ਇਹ 4 ਸਬਜੈਕਟਾਂ ਤੁਹਾਡਾ ਪੇਪਰ ਹੋਇਆ ਕਰਨਾ, ਕਿਵੇਂ ਕਿਵੇਂ ਹੋਊਗਾ ਆਪਾਂ ਅੱਗੇ ਦੇਖਦੇ ਹਾਂ। ਇਹਦੇ ਲਈ ਤੁਹਾਨੂੰ ਇੱਕ ਪ੍ਰੈਕਟਿਸ ਸ਼ੀਟ ਆਇਆ ਕਰੂਗੀ। ਅੱਜ ਵੀ ਆਪਾਂ ਇਸ ਵੀਡੀਓ ਦੇ ਵਿੱਚ ਇਸ ਪ੍ਰੈਕਟਿਸ ਸ਼ੀਟ ਦਾ ਹੱਲ ਆਪਾਂ ਦੇਖਾਂਗੇ ਕਿਵੇਂ ਆਪਾਂ ਨੇ ਕਰਨਾ, ਅਤੇ ਤੁਹਾਡੀ ਨਾਲ ਨਾਲ ਟੈਸਟ ਦੀ ਤਿਆਰੀ ਵੀ ਹੋ ਜਾਣੀ ਹੈ। ਆਪਾਂ ਦੇਖਦੇ ਹਾਂ ਕੀ ਹੈ ਇਹ, ਤੁਹਾਨੂੰ ਕਿੱਥੋਂ ਮਿਲ ਸਕਦੀਆਂ ਨੇ। ਇਹ ਤੁਹਾਨੂੰ ਵਟਸਐਪ ਦੇ ਰਾਹੀਂ ਤੁਹਾਡੇ ਟੀਚਰ ਵੀ ਸ਼ੇਅਰ ਕਰ ਦੇਣਗੇ, ਇੱਥੋਂ ਵੀ ਤੁਹਾਨੂੰ ਆਪਣੇ ਯੂਟਿਊਬ ਚੈਨਲ ਦੇ ਉੱਤੇ ਮਿਲ ਜਾਣਗੀਆਂ। ਇਹਦੇ ਵਿੱਚ ਜਿਹੜੇ 4 ਸਬਜੈਕਟ ਨੇ ਉਹਦਾ ਪੇਪਰ ਕਿੱਦਾਂ ਆਉਣਾ, ਦੇਖੋ ਜਿਹੜਾ ਬੱਚਾ 6ਵੀਂ ਤੋਂ 8ਵੀਂ ਦਾ, 6ਵੀਂ ਤੋਂ 8ਵੀਂ, ਇਹਦਾ ਦੇਖੋ ਮੈਥ ਦੇ ਆਉਣੇ ਨੇ 18 ਪ੍ਰਸ਼ਨ, ਪੰਜਾਬੀ ਦੇ 15, ਸਾਇੰਸ ਦੇ 9 ਅਤੇ ਸਮਾਜਿਕ ਦੇ ਵੀ 9। 18, 15, 9 ਅਤੇ 9 ਜੋੜ ਕੇ ਤੁਹਾਡੇ ਆਉਣੇ ਨੇ 51 ਪ੍ਰਸ਼ਨਾਂ ਦਾ ਤੁਹਾਡਾ ਪੇਪਰ ਹੋਇਆ ਕਰਨਾ। 1.5 ਘੰਟਾ ਪੇਪਰ ਹੋਇਆ ਕਰੂ, ਅਤੇ OMR ਸ਼ੀਟ ਵੀ ਦੇ ਉੱਤੇ ਤੁਸੀਂ ਨੇ ਕਰਿਆ ਕਰਨਾ। ਅਤੇ ਜਿਹੜੇ ਬੱਚੇ ਹੈਗੇ 9ਵੀਂ 10ਵੀਂ ਦੇ, ਉਹਨਾਂ ਦਾ ਪੇਪਰ ਇਹੀ 4 ਵਿਸ਼ੇ ਨੇ, ਅਤੇ ਹਰੇਕ ਵਿਸ਼ੇ ਦਾ 20-20 ਨੰਬਰ ਦਾ ਪੇਪਰ ਤੁਹਾਡਾ ਆਉਣਾ। ਤਾਂ 20-20-20 ਭਾਵ ਟੋਟਲ ਬਣ ਗਏ ਕਿੰਨੇ, 80 ਨੰਬਰ ਦਾ ਤੁਹਾਡਾ ਪੇਪਰ ਹੋਣਾ 9ਵੀਂ 10ਵੀਂ ਵਾਲਿਆਂ ਦਾ। ਕਦੋਂ ਹੋਣਾ ਅੱਗੇ ਦੇਖੀ, ਇਹਨਾਂ ਨੇ ਕਿਹਾ ਵੀ ਇਹਦੇ ਵਿੱਚੋਂ ਹੀ ਤੁਹਾਡੇ ਜਿਹੜੇ ਪੇਪਰ ਵਗੈਰਾ ਨੇ, ਫਾਈਨਲ ਇਗਜ਼ਾਮ ਨੇ, ਇਹਦੇ ਵਿੱਚੋਂ ਹੀ 40% ਘੱਟੋ ਘੱਟ ਪੁੱਛੇ ਜਾਣਗੇ। ਟੈਸਟ ਨਿਰਧਾਰਤ ਮਿਤੀ ਨੂੰ ਅੱਧੀ ਛੁੱਟੀ ਤੋਂ ਪਹਿਲਾਂ 90 ਮਿੰਟ ਦੇ ਵਿੱਚ ਇਹ ਟੈਸਟ ਤੁਹਾਡੇ ਸਕੂਲ ਵਾਲੇ ਟੀਚਰਾਂ ਨੇ ਲੈਣਾ ਗਾ। ਹੁਣ ਆਪਾਂ ਗੱਲ ਕਰੀਏ ਟੈਸਟ ਹੋਣਾ ਕਦੋਂ ਹੈ। ਪਹਿਲਾ ਟੈਸਟ ਤੁਹਾਡਾ ਹੋਣਾ 20 ਅਗਸਤ ਨੂੰ, ਅਤੇ ਪਹਿਲੀ ਪ੍ਰੈਕਟਿਸ ਸ਼ੀਟ ਤੁਹਾਡੀ ਕਦੋਂ ਆਉਣੀ ਹੈ, 2 ਅਗਸਤ ਨੂੰ ਆਪਣੇ ਕੋਲ ਆ ਚੁੱਕੀ ਹੈ, ਅਤੇ ਇਸੇ ਦੀ ਆਪਾਂ ਵੀਡੀਓ ਬਣਾ ਰਹੇ ਹਾਂ। ਵੈਸੇ ਵੀ ਇਹ ਵੀਡੀਓ ਬਹੁਤ ਵਧੀਆ ਹੈਗੀ, ਕਿਉਂਕਿ ਕਾਫੀ ਕੁਝ ਸਿੱਖਣ ਨੂੰ ਤੁਹਾਨੂੰ ਮਿਲਣਾ। ਪਹਿਲਾ ਟੈਸਟ 20 ਅਗਸਤ ਨੂੰ, ਦੂਜਾ 30 ਅਗਸਤ ਨੂੰ, ਫਿਰ 13 ਅਗਸਤ ਨੂੰ, ਫਿਰ 27 ਅਗਸਤ ਨੂੰ, 27 ਸਤੰਬਰ ਨੂੰ, ਫਿਰ ਅਕਤੂਬਰ ਦੇ ਵਿੱਚ, ਫਿਰ 25 ਅਕਤੂਬਰ, ਫਿਰ 8, ਫਿਰ 20। ਤੁਸੀਂ ਇਹ ਸਾਰਾ ਸ਼ਡਿਊਲ ਤੁਹਾਨੂੰ ਲੈਟਰ ਦੇ ਵਿੱਚ ਮਿਲ ਜੂਗਾ, ਲੈਟਰ ਆਪਾਂ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਪਾ ਦਾਂਗੇ। ਅਤੇ 8 ਟੈਸਟ ਤੁਸੀਂ ਨੇ ਕਰਨੇ ਨੇ, ਠੀਕ ਹੈ। ਅਤੇ ਇਹਦੇ ਬੇਸ 'ਤੇ ਹੀ ਆਪਾਂ ਆਪਣੀਆਂ ਜਿਹੜੀਆਂ ਪ੍ਰੈਕਟਿਸ ਸ਼ੀਟਾਂ ਨੇ ਉਹਦੀ ਸਟਾਰਟਿੰਗ ਕਰ ਰਹੇ ਹਾਂ। ਆਹ ਦੇਖੋ ਬੇਟਾ, 8ਵੀਂ ਜਮਾਤ ਦਾ ਤੁਹਾਡਾ ਜਿਹੜੀ ਪਹਿਲੀ ਵਰਕਸ਼ੀਟ ਹੈ ਉਹ ਇੱਦਾਂ ਦੀ ਹੈ। ਇਹਦੇ 'ਚ ਆਪਣੇ ਰੈਸ਼ਨਲ ਨੰਬਰ ਦੇ ਬਾਰੇ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ, ਠੀਕ ਹੈ। ਆਪਾਂ ਅੱਜ ਇਹਦੇ 'ਤੇ ਹੀ ਵੀਡੀਓ ਬਣਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜੇ। ਇੱਕ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਹਜੇ ਤੱਕ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਕਰ ਲਿਓ, ਕਿਉਂਕਿ ਕੁਝ ਬੱਚੇ ਨਵੇਂ ਨੇ ਨਾ ਚੈਨਲ ਨਾਲ ਜੁੜੇ ਹੋਏ, ਤਾਂ ਹੀ ਤੁਹਾਨੂੰ ਹੋਰ ਜਿਵੇਂ ਪੇਪਰ ਵਗੈਰਾ ਹੋਣਗੇ ਮਿਲਦੇ ਰਹਿਣਗੇ। ਪ੍ਰੋਡਕਟ ਆਫ ਪਲੇਸ ਵੈਲਿਊ ਆਫ 6 ਸੀ ਇਨ ਦਿਸ, ਮੈਂ ਸਮਝਾਉਣਾ ਕੀ ਹੈ, ਆਹ ਰਕਮ ਹੈ
ਥੋੜ੍ਹੀ ਵੱਡੀ ਕਰਤੀ। 6 ਦੇ ਸਥਾਨਕ ਮੁੱਲਾਂ ਦਾ ਗੁਣਨਫਲ, ਆਹ ਪਹਿਲਾ 6 ਹੈ, ਪਹਿਲੇ 6 ਦਾ ਮਤਲਬ ਕਿੰਨਾ ਹੈ? 60। ਕਿਉਂ? ਕਿਉਂਕਿ ਦਹਾਈ ਅੰਕ 'ਤੇ ਆਏਗਾ ਦੂਜਾ 6। ਇਹਦੀ ਵੈਲਿਊ ਕਿੰਨੀ ਹੈ? 6000। ਮਗਰਲੇ ਪਾਸੇ ਦੇਖ ਲਓ ਕਿੰਨੇ ਅੰਕ ਨੇ, ਉਨੇ 0 ਲਾ ਦਿਉ। ਬਸ ਇਹਨਾਂ ਦੀ ਕਰਨੀ ਹੈ ਗੁਣਾ, 6×6 36, 1, 2, 3 ਅਤੇ 1, 4 ਜੀਰੋਆਂ ਲੱਗ ਗਈਆਂ। ਤਾਂ ਆਪਣਾ ਆਂਸਰ ਕਿੰਨਾ ਆ ਗਿਆ? 360,000। ਅਤੇ ਤੁਸੀਂ ਆਂਸਰ ਲਾ ਦੇਣਾ। ਕਲੀਅਰ ਹੈ ਬੇਟਾ? ਅੱਗੇ ਦੇਖੋ, ਵਿੱਚ ਆਫ ਦਾ ਫੋਲੋਇੰਗ ਰੈਸ਼ਨ ਨੰਬਰ ਲਾਈ ਬਿਟਵੀਨ ਦਿਸ, 1/10 ਅਤੇ 1/4 ਦੇ ਵਿਚਕਾਰ ਕਿਹੜਾ? ਅੱਗੇ ਬਸ ਤੁਹਾਨੂੰ ਸਮਝਾਉਣਾ, ਇਹਨੂੰ ਥੋੜ੍ਹਾ ਜਿਹਾ ਪੁਆਇੰਟਾਂ 'ਚ ਬਣਾ ਲਓ, ਗਲਤੀ ਦੀ ਸੰਭਾਵਨਾ ਜਮੀ ਨਹੀਂ ਰਹਿੰਦੀ। ਇਹ ਬਣ ਗਿਆ 0.1। 1/4 ਦਾ ਮਤਲਬ ਹੁੰਦਾ ਚੌਥਾ ਹਿੱਸਾ, 0.25। ਹੁਣ 0.1 ਅਤੇ 0.25 ਦੇ ਵਿਚਕਾਰ ਰਕਮ ਲੱਭਣੀ ਹੈ। 1/10 ਤਾਂ ਦੇਖੋ ਹੋ ਹੀ ਨਹੀਂ ਸਕਦਾ ਵਿਚਕਾਰ, 1/10 ਤਾਂ ਵੈਲਿਊ ਹੀ ਆ ਜਿੱਥੋਂ ਸਟਾਰਟ ਹੋਇਆ। ਫਿਰ 1/20 ਮਤਲਬ ਕਿੰਨਾ ਹੋ ਗਿਆ? 0.05। ਇਹ 0.1 ਤੋਂ ਵੀ ਛੋਟਾ ਗਾ, ਇਹ ਵੀ ਨਹੀਂ ਹੋ ਸਕਦਾ। 2/5, 2/5 ਨਾਲ ਹੁੰਦਾ 0.4। 20 ਨੂੰ 5 'ਤੇ ਵੰਡ ਕੇ ਪਤਾ ਲੱਗ ਜੂ ਤੁਹਾਨੂੰ 0.4। ਇਹ ਇਹਨਾਂ ਤੋਂ ਵੱਡਾ ਹੋ ਗਿਆ 0.25 ਤੋਂ, ਤਾਂ ਇਹ ਵੀ ਨਹੀਂ ਹੋ ਸਕਦਾ। ਤਾਂ ਬਚ ਕਿਹੜਾ ਗਿਆ? 1/5। 1/5 ਹੁੰਦਾ 0.2। 0.2 ਤਾਂ ਇਹ ਤੁਹਾਡਾ ਕੀ ਹੋ ਗਿਆ? ਆਂਸਰ ਹੋ ਗਿਆ। ਕਈ ਬੱਚੇ ਨੇ ਇੱਦਾਂ ਵੀ ਕਰਦੇ, ਪਹਿਲਾਂ ਇਹਨਾਂ ਦਾ ਐਲਸੀਅਮ ਲੈ ਲੈਂਦੇ ਨੇ 1/10 ਅਤੇ 1/4 ਦਾ। ਐਲਸੀਅਮ ਕਿੱਦਾਂ ਬਣ ਜਾਂਦਾ? 2/20 ਅਤੇ ਇੱਧਰ ਬਣ ਜਾਂਦਾ 5/20। ਪਰ ਇੱਥੇ ਥੱਲੇ 20 ਹੈ ਹੀ ਨਹੀਂ ਸੀ, 1/20 ਸੀ। ਇੱਥੋਂ ਹੀ ਜ਼ਰੂਰ ਕਲੀਅਰ ਹੁੰਦਾ ਵੀ ਆਂਸਰ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਇਹਨਾਂ 2 ਨੂੰ ਤੁਸੀਂ ਚੈੱਕ ਕਰ ਲਿਓ, ਤੁਹਾਨੂੰ ਵੈਲਿਊ ਪਤਾ ਚੱਲ ਜਾਏਗੀ। ਤਰੀਕਾ ਮੈਂ ਤੁਹਾਨੂੰ ਦੱਸਤਾ, ਡੈਸੀਮਲ 'ਚ ਬਣਾ ਲਓ, ਬੜੀ ਛੇਤੀ ਆਂਸਰ ਨਿਕਲ ਆਉਂਦਾ। ਆਹ ਕੁਐਸਚਨ ਆਪਣੇ ਕੋਲ, ਤਾਂ ਪੀ ਅਤੇ ਕਿਊ ਦੀ ਕਹਿੰਦੇ ਵੈਲਿਊ ਕਿੰਨੀ ਹੋ ਸਕਦੀ ਹੈ, ਮੁੱਲ ਕਿੰਨਾ ਹੋ ਸਕਦਾ? ਕਈ ਬੱਚੇ ਸੋਚ ਰਹੇ ਹੋਣਗੇ ਪੇਪਰ ਬੜਾ ਇਹ ਟਿੱਡ ਹੈ। ਬੇਟਾ, ਇਹ ਤੁਹਾਡਾ ਕੰਪੀਟੈਂਸੀ ਬੇਸਡ ਪ੍ਰਸ਼ਨ ਨੇ, ਤਾਂ ਕਿ ਤੁਹਾਨੂੰ ਰਿਐਲਿਟੀ ਦੇ ਵਿੱਚ ਪਤਾ ਲੱਗੇ ਮੈਥ ਕਿੱਦਾਂ ਦਾ ਹੁੰਦਾ। ਮਿਸ਼ਨ ਸਮਰੱਥ ਦੇ ਵਿੱਚ ਜੋ ਤੁਸੀਂ ਕਰਕੇ ਆਏ ਉਹ ਐਕਚੁਅਲ 'ਚ ਉਹ ਮੈਥ ਨਹੀਂ ਹੈ, ਉਹ ਤਾਂ ਬਹੁਤ ਬੇਸ ਹੈ। ਇਹ ਰਿਐਲਿਟੀ ਦੇ ਵਿੱਚ ਮੈਥ ਹੈ ਵੀ ਤੁਹਾਨੂੰ ਪਤਾ ਲੱਗ ਜਾਏ ਤੁਸੀਂ ਕਿੱਥੇ ਖੜੇ ਹੋ। ਤਾਂ 2/3 ਨੂੰ ਦੇਖੋ ਮੈਂ ਕਾਹਦੇ ਨਾਲ ਗੁਣਾ ਕਰਾਂ? ਆਹ ਬ੍ਰੈਕਟ ਨਾ, ਦੇਖੋ ਵੈਲਿਊ ਕਿੰਨੀ ਆ ਜੇ 1। ਤਾਂ ਜਿਹੜਾ ਬੱਚਾ ਹੁਸ਼ਿਆਰ ਆ ਉਹਦੀ ਕਹਿ ਦਿੰਦਾ ਵੀ ਇਹਨੂੰ ਪੁੱਠੀ ਕਰਕੇ ਗੁਣਾ ਕਰ ਦਿਉ, 3 ਉੱਤੇ 2 ਥੱਲੇ, 3 ਕੱਟਦਾ 2 ਨਾਲ 2 ਕੱਟਦਾ, ਤਾਂ ਮਤਲਬ 3/2 ਕਿਹਦੀ ਵੈਲਿਊ ਹੋ ਗਈ? ਪੀ ਘਟਾਓ ਕਿਊ ਦੀ। ਤਾਂ ਹੁਣ ਇਹਨਾਂ ਵੈਲਿਊ ਦੇ ਵਿੱਚ ਤੁਸੀਂ ਵੈਲਿਊ ਲੱਭਣੀ, ਪੀ 'ਚੋਂ ਕਿਊ ਘਟਾਈਏ ਕਿੰਨਾ ਆ ਜੇ? 3/2। ਤਾਂ ਦੇਖਣ ਸਾਰੀ ਸਮਝ ਲੱਗ ਜਾਂਦਾ ਵੀ ਕਿਹੜੀ ਵੈਲਿਊ ਆਪਣੀ, ਦੇਖੀ ਆਪਾਂ ਆਹ ਵਾਲੀ ਦੇਖੋ, 5/2 ਦੇ ਵਿੱਚੋਂ ਜਦੋਂ ਮੈਂ 1 ਘਟਾਉਣਾ ਗਾ ਤਾਂ ਮੇਰਾ ਮੁੱਲ ਕਿੰਨਾ ਆਉਂਦਾ? 3/2। ਕਲੀਅਰ ਹੈ ਨਾ? 5/2 ਦੇ ਵਿੱਚੋਂ 1 ਘਟਾਈ 3/2, ਬਾਕੀ ਦੇਖੋ ਕਿਸੇ 'ਚ ਆਉਂਦਾ? ਇਹ 'ਚ ਆਉਂਦਾ? ਨਹੀਂ ਆਉਂਦਾ। ਇਹ 'ਚ ਆਉਂਦਾ? ਨਹੀਂ ਆਉਂਦਾ, ਕਿਉਂਕਿ ਪੀ ਛੋਟਾ ਗਾ। ਇੱਥੇ 5/2 'ਚੋਂ 3/2 ਘਟਾਈਏ ਕਿੰਨਾ ਆਉਂਦਾ? 2/2 1। ਤਾਂ ਆਹ ਵੀ ਗਲਤ, ਆਹ ਵੀ ਗਲਤ, ਆਹ ਵੀ ਗਲਤ। ਤਾਂ ਆਂਸਰ ਕਿਹੜਾ? ਆਪਸ਼ਨ 2। ਦੁਬਾਰੇ ਸਮਝਾਉਣਾ, 2/3 ਨੂੰ ਪੀ ਘਟਾਓ ਕਿਊ ਬਰਾਬਰ 1 ਲਿਖਿਆ ਵੈਸੇ, ਅਤੇ ਇੱਥੇ ਵੈਲਿਊ ਕਿੰਨੀ ਆਈ ਆਪਾਂ ਸੋਚਿਆ ਸੀ? ਤੁਹਾਨੂੰ ਸਹੀ 3/2।
ਤਾਂ ਪੀ ਘਟਾਓ ਕਿਊ ਦੀ ਵੈਲਿਊ ਕਿੰਨੀ ਹੋ ਗਈ 3/2, ਤਾਂ ਪੀ ਬਣ ਗਿਆ 5/2, ਕਿਊ ਬਣ ਗਿਆ 1, ਤੁਹਾਡਾ ਆਨਸਰ। ਕਹਿੰਦੇ ਇੱਕ ਚਾਰਟ ਹੈ ਇੰਡੀਅਨ ਰੀਡਰਸ਼ਿਪ ਸਰਵੇ ਦਾ, ਅੰਗਰੇਜ਼ੀ ਵਾਲੇ ਬੱਚੇ ਬੇਟਾ ਨਾਲ ਨਾਲ ਪੜ੍ਹ ਲਿਆ ਕਰੋ, ਕਈ ਵਾਰੀ ਐਂ ਹੁੰਦਾ ਵੀ ਅੰਗਰੇਜ਼ੀ 'ਚ ਪਹਿਲਾਂ ਬੋਲ ਪੈਂਦੇ, ਕਈ ਵਾਰੀ ਪੰਜਾਬੀ 'ਚ, ਤਾਂ ਇੱਥੇ ਜਿਹੜੀ ਵੈਲਿਊ ਕਿੰਨੀ ਹੋ ਸਕਦੀ ਹੈ ਧਿਆਨ ਨਾਲ ਸੋਚੋ, ਇਹਨੂੰ ਛੱਡੋ, ਇੰਨਾ ਦੇਖੋ ਤੁਹਾਨੂੰ ਪਤਾ ਲੱਗ ਜੂ। ਪਹਿਲਾ ਰੈਂਕ ਮਤਲਬ ਪਹਿਲੇ ਨੰਬਰ 'ਤੇ ਫਸਟ ਹੈ, ਇਹ ਸੈਕਿੰਡ ਹੈ, ਇਹ ਥਰਡ ਹੈ, ਇਹ ਫੋਰਥ ਹੈ। ਦੱਸੋ ਜਿਹੜਾ ਬੱਚਾ ਥਰਡ ਹੈ ਕੀ ਉਹਦੇ ਜਿਹੜੀ ਵੈਲਿਊ ਉਹ 50 ਤੋਂ ਵੱਧ ਸਕਦੀ ਹੈ? ਬੱਚੇ ਕਹਿੰਦੇ ਨਹੀਂ। ਇਹਦਾ ਮਤਲਬ ਇਹਦੀ ਵੈਲਿਊ ਕਿੰਨੀ ਹੋ ਗਈ? 50 ਤੋਂ ਘੱਟ ਹੋ ਗਈ। 50 ਤੋਂ ਕੀ ਹੋ ਗਈ? ਘੱਟ। ਅਤੇ 10 ਤੋਂ ਕੀ ਹੋ ਗਈ? ਵੱਧ। ਤਾਂ ਆਪਣਾ ਆਨਸਰ ਕੀ ਹੋਊ? ਜਿਹੜਾ 50 ਤੋਂ ਘੱਟ ਹੋਵੇ ਅਤੇ 10 ਤੋਂ ਕੀ ਹੋਵੇ? ਵੱਧ। ਮਤਲਬ 50 ਅਤੇ 10 ਦੇ ਕੀ ਹੈ? ਵਿਚਕਾਰ ਹੈ, 10 ਤੋਂ ਵੱਡਾ, 50 ਤੋਂ ਕੀ ਹੈ? ਛੋਟਾ। ਤਾਂ ਆਪਣੀ ਵੈਲਿਊ ਬੜੀ ਸੌਖੀ ਆ ਗਈ, 26। 77 ਵੱਡਾ ਸੀ, ਫਿਰ ਤਾਂ ਇੱਕ ਰੈਂਕ ਹੀ ਹੁੰਦਾ, ਇਹ ਹੋ ਨਹੀਂ ਸਕਦਾ। 52 ਹੀ ਵੱਡਾ, ਇਹ ਵੀ ਨਹੀਂ ਹੋ ਸਕਦਾ। 8 ਕੀ ਹੈ? ਛੋਟਾ, ਇਹ ਵੀ ਨਹੀਂ ਹੋ ਸਕਦਾ। ਜੇ ਐਕਸ ਬਰਾਬਰ ਘਟਾਓ 10, ਘਟਾਓ 10 ਕਿੰਨੇ ਵਾਰੀ? 20 ਵਾਰੀ। 22 10 10 10 ਕਿੰਨੇ ਵਾਰੀ? 20 ਵਾਰੀ। ਹੁਣ ਐਕਸ ਕਿੰਨਾ ਦੇਖੋ ਧਿਆਨ, ਘਟਾਓ 10, ਘਟਾਓ 10, ਫਿਰ ਅੱਗੇ ਹੀ ਚੱਲੀ ਜਾਂਦਾ ਜਿੰਨੇ ਮਰਜ਼ੀ ਵਾਰੀ ਹੋਵੇ। 22 10 10 ਇਹ ਵੀ ਜਿੰਨੇ ਮਰਜ਼ੀ ਵਾਰੀ ਹੋਵੇ, ਪਰ ਹੈ ਕਿੰਨੇ ਵਾਰੀ? 20 ਵਾਰੀ। ਆਹ ਵੀ ਕਿੰਨੇ ਵਾਰੀ ਹੈ? 20 ਵਾਰੀ। ਹੁਣ ਆਪਾਂ ਜੇ ਇੱਕ ਵਾਰੀ ਹੁੰਦਾ, ਮੰਨ ਲਓ ਐਕਸ ਜੋੜ ਵਾਈ ਇੱਕ ਵਾਰੀ ਹੁੰਦਾ, ਇਕੱਲਾ ਆਹੀ ਹੁੰਦਾ, ਫਿਰ ਆਪਾਂ ਕਿੰਨਾ ਲਿਖਦੇ? ਘਟਾਓ 10 ਅਤੇ ਜੋੜ 10 ਕਿੰਨਾ ਹੁੰਦਾ? 0। 0 ਆ ਗਿਆ ਨਾ। ਹੁਣ ਇੱਕ ਬੱਚਾ ਕਹਿੰਦਾ ਸਰ ਐਂ ਤਾਂ ਕਿਵੇਂ ਹੁੰਦਾ ਜੀ, ਮੰਨ ਲਓ 2 ਵਾਰੀ ਹੁੰਦਾ, ਫਿਰ ਘਟਾਓ 10 ਅਤੇ 10 ਕਿੰਨਾ ਹੁੰਦਾ? ਇਹਦੀ ਵੈਲਿਊ 0 ਬਣਦੀ ਅਤੇ ਇਹਦੀ ਵੀ ਤਾਂ 0 ਹੀ ਬਣਦੀ ਹੈ ਨਾ। ਜੇ 2 ਵਾਰੀ ਹੁੰਦਾ ਘਟਾਓ 10, 2 ਵਾਰੀ 10 ਆ ਵੀ 2 ਵਾਰੀ, ਫਿਰ ਵੀ ਤਾਂ ਵੈਲਿਊ 0 ਹੀ ਆਉਂਦੀ। ਹੁਣ ਇਹ 20 ਵਾਰੀ ਹੈ, 20 ਵਾਰੀ ਹੋਵੇ ਚਾਹੇ 50 ਵਾਰੀ ਹੋਵੇ, ਵੈਲਿਊ ਕਿੰਨੀ ਆਉਣੀ ਹੈ? 0 ਆਉਣੀ ਹੈ। ਕਿਉਂ? ਇਹ ਵੀ ਸੇਮ ਹੈ ਅਤੇ ਆਹ ਵੀ ਸੇਮ। ਪਹਿਲਾ ਪਹਿਲੇ ਨਾਲ ਕੱਟ ਗਿਆ, ਦੂਜਾ ਦੂਜੇ ਨਾਲ ਕੱਟ ਗਿਆ, ਅਤੇ ਜੇ 20 ਨੇ ਤਾਂ 20 ਵਾਰੀ ਹੀ ਕੱਟ ਜਾਣਗੇ। ਲੈਟਰ ਆ ਜਿਹੜਾ 5/3 ਨੂੰ ਕੌਣ ਰੀਪ੍ਰਜੈਂਟ ਕਰਦਾ? ਇੱਥੇ ਦੇਖੋ ਇੱਕ ਲਿਖਿਆ, ਮੈਂ ਤੁਹਾਨੂੰ ਥੋੜ੍ਹਾ ਵੱਡਾ ਕਰਕੇ ਬਣਾ ਦਿੰਦਾ। ਇੱਥੇ ਕੀ ਲਿਖਿਆ? 1। ਇੱਥੇ ਲਿਖਿਆ ਈ, ਇੱਥੇ ਲਿਖਿਆ ਐੱਫ, ਉਰੇ ਲਿਖਿਆ 0। ਅਤੇ ਇਹਦਾ ਮਤਲਬ ਇਹ ਕਿੰਨਾ ਹੋ ਗਿਆ? 1/3, 2/3, ਇਹ ਹੋ ਗਿਆ 3/3, ਆਹ ਹੋ ਗਿਆ ਤੁਹਾਡਾ ਜੀ, ਆਹ ਹੋ ਗਿਆ ਐੱਚ, ਆਹ ਹੋ ਗਿਆ 4/3, ਆਹ ਹੋ ਗਿਆ 5/3। ਅਤੇ ਇਹਨਾਂ ਨੇ 5/3 ਨੂੰ ਆਖਿਆ ਜੀ ਕਿਹੜਾ ਅੱਖਰ ਦਰਸਾਉਂਦਾ? ਤਾਂ ਮੈਂ ਤਾਂ ਤੁਹਾਨੂੰ ਜਮੀ ਕਲੀਅਰ ਕਰਤਾ, 5/3 ਨੂੰ ਕਿਹੜਾ ਅੱਖਰ ਦਰਸਾਉਂਦਾ? ਐੱਚ। ਐੱਚ 'ਤੇ ਲਿਖ ਦੇਣ, ਆਹ 1 ਹੈ, ਆਹ ਹੋ ਗਿਆ 4/3, ਆਹ ਹੋ ਗਿਆ 5/3। ਤਾਂ ਕਿਹੜਾ ਆਪਣਾ ਅੰਗਰੇਜ਼ੀ ਦਾ ਅੱਖਰ ਆ ਗਿਆ? ਐੱਚ। ਕਹਿੰਦੇ ਵੀ ਕੇ ਦਾ ਮੁੱਲ ਪਤਾ ਕਰਨਾ ਇਸ ਨੰਬਰ ਦੇ ਵਿੱਚ, ਤਾਂ ਕਿ ਜਿਹੜਾ ਨੰਬਰ ਹੈ ਰੈਸ਼ਨਲ ਨੰਬਰ ਬਣ ਜੇ। ਕੀ ਬਣ ਜੇ? ਰੈਸ਼ਨਲ ਨੰਬਰ, ਪਰਮੇਯ ਸੰਖਿਆ ਬਣ ਜੇ। 1/k/7। ਤਾਂ ਕੇ ਦੀ ਵੈਲਿਊ ਜੇ ਮੈਂ 1 ਰੱਖੂੰਗਾ, ਮੰਨ ਲਓ ਆਪਦੇ ਮਨ 'ਚ 1 ਰੱਖਦਾ, ਤਾਂ 1 ਅਤੇ 7 ਕਿੰਨੇ ਹੁੰਦੇ? 8। 8 ਦਾ ਵਰਗਮੂਲ ਹੀ ਨਹੀਂ ਹੁੰਦਾ, ਲਓ ਜੀ ਫਿਰ 1 ਤਾਂ ਹੋ ਨਹੀਂ ਸਕਦਾ। ਹੁਣ 2 ਰੱਖੋ, 2/7, 2 ਅਤੇ 7 ਕਿੰਨੇ ਹੁੰਦੇ ਨੇ? 9। 9 ਦਾ ਵਰਗਮੂਲ ਸੰਭਵ ਹੈ, ਕਿੰਨਾ ਹੁੰਦਾ? 3। ਤਾਂ 1/3 ਆਪਣੇ ਕੋਲ ਆ ਗਿਆ। ਘੱਟੋ ਘੱਟ ਮੁੱਲ ਪੁੱਛਿਆ ਸੀ ਇਹਨਾਂ ਨੇ,
ਕਿਉਂ ਕਈ ਬੱਚੇ ਇਹ ਵੀ ਕਹਿ ਦਿੰਦੇ ਨੇ ਵੀ ਸਰ 9 ਵੀ ਹੋ ਸਕਦਾ ਸੀ। ਜਿਹੜਾ ਬੱਚਾ ਹੁਸ਼ਿਆਰ ਹੈ ਉਹ ਇਹ ਗੱਲ ਜ਼ਰੂਰ ਕਹਿੰਦਾ ਵੀ ਸਰ ਮੰਨ ਲਓ ਮੈਂ ਕੇ ਦੀ ਜਗ੍ਹਾ 'ਤੇ 9 ਰੱਖਦਾ ਤਾਂ 1/2 ਵਰਗਮੂਲ 16 1/2 ਬਣ ਗਿਆ 4, ਇਹ ਵੀ ਤਾਂ ਪ੍ਰਮੇਯ ਸੰਖਿਆ ਹੀ ਹੈ। ਤਾਂ ਕੇ ਦੀਆਂ ਉਹਦੇ ਕਿੰਨੀਆਂ ਵੈਲਿਊ ਹੋ ਗਈਆਂ, ਪਹਿਲੀ ਵੈਲਿਊ ਹੋ ਗਈ 2, ਦੂਜੀ ਵੈਲਿਊ ਹੋ ਗਈ 9, ਉਸ ਤੋਂ ਵੀ ਵੱਧਦੀਆਂ ਨੇ, ਪਰ ਇਹਨਾਂ ਨੇ ਪੁੱਛਿਆ ਘੱਟੋ ਘੱਟ, ਤਾਂ ਘੱਟੋ ਘੱਟ ਕਿੰਨਾ ਆ ਗਿਆ 2, ਤਾਂ ਵੈਲਿਊ ਕਿੰਨੀ ਲੈਣੀ ਹੈ 2 ਲੈਣੀ ਹੈ। ਵਟ ਇਜ਼ ਦਾ ਡਿਫਰੈਂਸ ਬਿਟਵੀਨ ਸਮਾਲੈਸਟ 6 ਡਿਜਿਟ ਨੰਬਰ ਅਤੇ ਗ੍ਰੇਟੈਸਟ 5 ਡਿਜਿਟ ਨੰਬਰ? 8ਵੀਂ ਦੇ ਬੱਚਿਓ 6 ਅੰਕਾਂ ਦਾ ਵੱਡੇ ਤੋਂ ਵੱਡਾ ਛੋਟਾ ਨੰਬਰ, ਸਭ ਤੋਂ ਛੋਟੀ ਸੰਖਿਆ, ਏ ਕੇ ਦੇ ਮਗਰ ਲਾ ਦਿਉ 5 ਜ਼ੀਰੋਆਂ, ਵਿੱਚੋਂ ਘਟਾ ਦਿਉ ਸਭ ਤੋਂ ਵੱਡੀ 5 ਅੰਕਾਂ ਦੀ, 5 ਅੰਕ ਮਤਲਬ ਭਾਵ 5 ਨਾਏ, ਜੋ ਘਟਾਓ ਕਿੰਨਾ ਆਜੂ 1, ਮੂਹਰੇ ਲਾ ਦਿਉ 0, ਜ਼ੀਰੋਆਂ ਦੀ ਮੂਹਰੇ ਕੋਈ ਵੈਲਿਊ ਨਹੀਂ, 0 ਹਟਾ ਦਿਉ ਤਾਂ ਆਂਸਰ ਕਿੰਨਾ ਆ ਗਿਆ 1, ਯਾਨੀ ਕਿ ਆਪਸ਼ਨ ਆ ਗਈ 2, ਆਹ ਵਾਲੀ ਵੈਲਿਊ ਆਂਸਰ ਲਿਖਦਾ। ਕਲੀਅਰ ਹੈ? 6 ਅੰਕਾਂ ਦੀ ਛੋਟੀ, ਜਿਹੜੀ ਵੀ ਛੋਟੀ ਪੁੱਛਣ ਵਾਸਤੇ ਏ ਕੇ ਮਗਰ 0 ਲਾ ਦਿਉ, ਕਿੰਨੀਆਂ ਜਿੰਨੀਆਂ ਉਹਨਾਂ ਨੇ ਕਿਹਾ ਗਾ, ਜੇ 6 ਅੰਕ ਕਿਹਾ ਤਾਂ 5 ਲਾ ਦਿਉ, ਜੇ 5 ਗਿਆ ਤਾਂ 4 ਲਾ ਦਿਉ। ਹੁਣ 5 ਅੰਕਾਂ ਦੀ ਵੱਡੀ ਸੀ ਤਾਂ ਜਿੰਨੀ ਆਖਿਆ ਉਨੇ ਨਾ ਹੀ ਪਾ ਦਿਉ, ਬਸ ਇਹ ਤੁਹਾਡਾ ਆਂਸਰ ਹੈ। ਘਟਾਓ ਕਰਨੀ ਸੀ ਤਾਂ ਘਟਾਓ ਕਰ ਦਿਉ, ਕਿੰਨਾ ਆ ਗਿਆ 1। ਕਹਿੰਦੇ ਹਰੇਕ ਸੰਖਿਆ ਦਾ ਗੁਣਨ ਖੰਡ ਹੁੰਦਾ, ਕਿਹੜਾ ਉਹ ਡਿਜਿਟ ਆ ਜਿਹੜਾ ਹਰੇਕ ਦਾ ਗੁਣਨ ਖੰਡ ਹੈ, ਫੈਕਟਰ ਆਫ ਈਚ ਨੰਬਰ? ਤਾਂ ਬੇਟਾ 0 ਲਿਖ ਦਿੰਦਾ ਬੱਚੇ, 0 ਤਾਂ ਫੈਕਟਰ ਹੀ ਨਹੀਂ ਹੁੰਦਾ, ਤਾਂ ਆਪਾਂ ਆਂਸਰ ਕੀ ਲਿਖਣਾ? ਆਪਸ਼ਨ 3 1, ਕਿਉਂਕਿ ਚਾਹੇ 1 ਨੂੰ ਕਿਸੇ 'ਤੇ ਵੱਡੀ ਜਾਓ ਸਭ 'ਤੇ ਵੰਡਿਆ ਜਾਂਦਾ, ਠੀਕ ਹੈ। ਤਾਂ ਆਂਸਰ ਤੁਸੀਂ 0 ਨਹੀਂ ਲਿਖਣਾ, ਕੀ ਲਿਖਣਾ? 3। ਕਲੀਅਰ ਹੈ ਬੇਟਾ? ਹੁਣ ਅੱਗੇ 10ਵਾਂ ਸਵਾਲ ਦੇਖੋ। ਜਿਸਤ ਅਭਾਸ ਸੰਖਿਆ ਕਿਹੜੀ ਹੈ? ਜਿਸਤ ਜਿਸ ਤਰ੍ਹਾਂ ਮਤਲਬ ਹੁੰਦਾ ਜਿਹੜੀ 2 'ਤੇ ਵੰਡੀ ਜਾਵੇ, ਜਿਵੇਂ 2, 4, 6, 8, 10, ਇਹ ਸਾਰੀਆਂ ਜਿਸਤ ਸੰਖਿਆਵਾਂ ਨੇ। ਅੰਗਰੇਜ਼ੀ ਦੇ ਵਿੱਚ ਬੋਲਦੇ ਈਵਨ ਨੰਬਰ, ਇਹਦੇ ਵਿੱਚ ਈਵਨ ਤਾਂ ਸਾਰੇ ਹੋ ਗਏ ਪਰ ਨਾਲ ਇਹਨਾਂ ਨੇ ਸ਼ਬਦ ਪਾਤਾ ਪ੍ਰਾਈਮ, ਈਵਨ ਪ੍ਰਾਈਮ। ਤਾਂ ਪ੍ਰਾਈਮ ਈਵਨ ਕਿਹੜਾ ਹੈਗਾ? 2 ਹੈ, ਯਾਨੀ ਕਿ ਤੁਸੀਂ ਆਪਸ਼ਨ ਕਿਹੜੀ ਲਾਉਣੀ ਹੈ? ਸੀ ਲਾਉਣੀ ਹੈ, ਈਵਨ ਪ੍ਰਾਈਮ ਆਪਸ਼ਨ ਤੁਸੀਂ ਕਿਹੜੇ 'ਤੇ ਲਾ ਦੇਣਾ? ਸੀ ਦੇ ਉੱਤੇ। ਕਈ ਬੱਚੇ ਕਹਿੰਦੇ 4 ਤਾਂ ਬੇਟਾ 2 'ਤੇ ਵੰਡਿਆ ਜਾਂਦਾ, ਜਿਹੜੀ ਵੰਡੀ ਗਈ 1 'ਤੇ ਆਪਣੇ ਆਪ ਤੋਂ ਬਿਨਾਂ ਉਹ ਤਾਂ ਫਿਰ ਪ੍ਰਾਈਮ ਨਾ ਨਾ ਹੋਈ, ਠੀਕ ਹੈ, ਨੌਨ ਪ੍ਰਾਈਮ ਹੁੰਦੀ ਹੈ, ਇਕੱਲੀ ਭਾਜ ਹੁੰਦੀ ਹੈ, ਠੀਕ ਹੈ। ਅਗਲਾ ਸਵਾਲ ਹੈ, ਇਫ ਏ ਨੰਬਰ ਇਜ ਡਿਵੀਜੀਬਲ ਬਾਏ 88, ਜੇ ਕੋਈ ਨੰਬਰ ਹੈ ਜਿਵੇਂ 176 ਹੈ, ਉਹ ਕਹਿੰਦੇ 88 'ਤੇ ਵੰਡਿਆ ਜਾਂਦਾ, ਤਾਂ ਇਹ ਕਿਹੜੇ ਹੋਰ ਨੰਬਰਾਂ 'ਤੇ ਵੰਡਿਆ ਜਾਊਗਾ? ਕਹਿੰਦੇ 22 ਅਤੇ 8 'ਤੇ ਵੀ ਵੰਡਿਆ ਜਾਊਗਾ, ਡਿਵਾਈਡ ਬਾਏ 22 and 88। ਅਸਲ ਵਿੱਚ ਸਾਰੇ ਉਹਨਾਂ ਨੰਬਰਾਂ 'ਤੇ ਵੰਡਿਆ ਜਾਊਗਾ ਜਿਹੜੇ 88 ਦੇ ਕੀ ਨੇ? ਗੁਣਨ ਖੰਡ ਨੇ, ਅੰਗਰੇਜ਼ੀ ਦੇ ਵਿੱਚ ਬੋਲਦੇ ਨੇ ਫੈਕਟਰ ਨੇ। ਤਾਂ 88 ਦੇ ਫੈਕਟਰ ਕਿਹੜੇ ਕਿਹੜੇ ਹੋ ਗਏ? 1, 2, 4, 8, 11, ਉਸ ਤੋਂ ਬਾਅਦ ਆਪਾਂ ਚੱਲ ਪਈਏ 22, 44, 88, ਇਹ ਸਾਰੇ ਨੰਬਰਾਂ 'ਤੇ ਵੰਡਿਆ ਜਾਊਗਾ। ਤਾਂ ਪਹਿਲੀ ਵੀ ਇਹਦਾ ਆਂਸਰ ਸਹੀ ਹੈ ਅਤੇ ਦੂਜਾ ਵੀ ਆਂਸਰ ਸਹੀ ਹੈ, ਕਿਉਂਕਿ 22 ਅਤੇ 8 ਵੀ ਇਹਦੇ ਵਿੱਚ ਨੇ, 11 ਵੀ ਇਹਦੇ ਵਿੱਚ ਹੈ। ਇੱਥੇ ਥੋੜ੍ਹਾ ਜਿਹਾ ਲਿਖਣ ਲੱਗੇ ਗਲਤ ਕਰਕੇ 2 ਦਾ 3 ਲਿਖਤਾ, ਹੁਣ 2 ਦਾ 3 ਕਿੰਨਾ ਹੁੰਦਾ ਬੇਟਾ? 6 ਹੁੰਦਾ, ਅਤੇ ਜਿਹੜੇ ਆਪਾਂ ਫੈਕਟਰ ਲਿਖੇ ਸੀ ਉਹਦੇ ਵਿੱਚ 6 ਨਹੀਂ ਲਿਖਿਆ ਸੀ, ਕਿਉਂਕਿ 88 6 'ਤੇ ਪੂਰਾ ਪੂਰਾ ਨਹੀਂ ਬਣਿਆ, 6 6 28, 6 4 24,
ਕਿੰਨੇ ਬਾਕੀ ਬਚ ਗਏ? 4, ਮਤਲਬ ਪੂਰਾ ਨਹੀਂ ਵੰਡਿਆ ਜਾਂਦਾ 6 'ਤੇ। ਤਾਂ ਇੱਥੇ ਇਹ ਵਾਲਾ ਕਥਨ ਤੁਹਾਡਾ ਕੀ ਹੈ? ਗਲਤ ਹੈ। ਆਹ ਵੀ ਠੀਕ, ਆਹ ਵੀ ਠੀਕ ਹੈ। ਜੇ ਤੀਜਾ ਵੀ ਠੀਕ ਹੋ ਜਾਂਦਾ ਤਾਂ ਆਹ ਤੁਹਾਡਾ ਆਂਸਰ ਆ ਜਾਂਦਾ ਉਪਰੋਕਤ ਸਾਰੇ। ਪਰ ਹੁਣ ਤੁਸੀਂ ਪਹਿਲੇ ਅਤੇ ਦੂਜੇ 'ਚੋਂ ਜਿਹੜਾ ਵੀ ਟਿੱਕ ਲਾਏ ਆਉਂਗੇ ਤੁਹਾਡੇ ਟੀਚਰ ਤੁਹਾਡਾ ਠੀਕ ਕਰ ਦੇਣਗੇ। ਇੱਕ 8 ਅੰਕਾਂ ਵਾਲੀ ਸੰਖਿਆ ਹੈਗੀ, 8-digit ਨੰਬਰ, ਮੈਂ ਥੋੜ੍ਹਾ ਵੱਡਾ ਕਰਦਾ, 4252746B। ਕਹਿੰਦੇ ਉਹਨੂੰ 3 ਨਾਲ ਭਾਗ ਦੇਣਾ, ਡਿਵਾਈਡ ਬਾਏ 3, ਅਤੇ ਰਿਮਾਇੰਡਰ ਕਿੰਨਾ ਆਵੇ? 0। ਤਾਂ ਬੀ ਦੇ ਕਿਹੜਾ ਕਿਹੜਾ ਵੈਲਿਊ ਹੋ ਸਕਦੀ? 3 'ਤੇ ਵੰਡਣ ਵਾਸਤੇ ਆਪਾਂ ਇੱਕ ਫਾਰਮੂਲਾ ਕੀਤਾ ਸੀ ਵੀ ਅੰਕਾਂ ਦਾ ਜੋੜ 3 'ਤੇ ਵੰਡਿਆ ਜਾਂਦਾ। ਅੰਕਾਂ ਦਾ ਜੋੜ ਕਾਹਤੇ ਵੰਡਿਆ ਜਾਂਦਾ? 3 'ਤੇ। ਹੁਣ ਅੰਕਾਂ ਦਾ ਜੋੜ ਕਰ ਦਿਓ, 4+2+5+2+7+4+6+B ਵੀ ਨਾਲ ਲਿਖ ਦਿਓ, ਤਾਂ ਸਾਰਾ ਜੋੜ ਕਿੰਨਾ ਬਣ ਗਿਆ? 30+B, 30+B। ਤਾਂ ਸਾਰਿਆਂ ਦਾ ਜਿਹੜਾ ਜੋੜ ਸੀ ਆਪਣਾ ਉਹ 3 'ਤੇ ਵੰਡਿਆ ਜਾਣਾ ਚਾਹੀਦਾ। ਹੁਣ 30 ਅਤੇ 20 ਪਹਿਲਾਂ ਹੀ 3 'ਤੇ ਵੰਡਿਆ, ਤਾਂ ਇਹਦਾ ਮਤਲਬ 30 ਪਹਿਲਾਂ ਹੀ 3 'ਤੇ ਵੰਡਿਆ ਜਾਂਦਾ, ਤਾਂ ਜਿਹੜਾ 20 ਬਚ ਗਿਆ ਉਹ ਕਿੰਨਾ ਹੋਊਗਾ? ਦੇਖੋ 30+20, ਇਹ 3 'ਤੇ ਵੰਡਿਆ ਜਾਣਾ ਚਾਹੀਦਾ, ਤਾਂ 20 ਦਾ ਮੁੱਲ ਕਿੰਨਾ ਹੋ ਸਕਦਾ? ਜੇ ਮੈਂ 30 'ਚ 0 ਜੋੜਦਾ ਤਾਂ 3 'ਤੇ ਵੰਡਿਆ ਜਾਊ? ਬੱਚੇ ਕਹਿੰਦੇ ਹਾਂ। ਜੇ ਮੈਂ 30 'ਚ 3 ਜੋੜਦਾ ਤਾਂ ਕਿੰਨਾ ਬਣ ਗਿਆ? 33, ਤਾਂ ਵੀ ਵੰਡਿਆ ਜਾਊ। ਜੇ 30 'ਚ ਮੈਂ 6 ਜੋੜਦਾ ਤਾਂ ਵੀ ਵੰਡਿਆ ਜਾਊ। ਜੇ 30 'ਚ ਮੈਂ 9 ਜੋੜਦਾ ਤਾਂ ਵੀ ਵੰਡਿਆ ਜਾਊ। ਤਾਂ ਮੇਰੇ ਕੋਲ 20 ਦੀ ਵੈਲਿਊ ਕਿੰਨੀ ਕਿੰਨੀ ਆ ਗਈ? 0, 3, 6 ਅਤੇ 9। ਤੁਸੀਂ ਕਰਕੇ ਦੇਖ ਸਕਦੇ ਹੋ। ਅਤੇ ਇਹਨਾਂ ਨੇ ਪੁੱਛੇ 20 ਦੇ ਕਿੰਨੇ ਮੁੱਲ ਸੰਭਵ ਨੇ? ਤਾਂ ਕਿੰਨੇ ਮੁੱਲ ਸੰਭਵ? 1, 2, 3 ਅਤੇ 4। ਤਾਂ ਕਿੰਨੇ ਮੁੱਲ ਸੰਭਵ ਨੇ? ਆਪਸ਼ਨ ਸੀ, ਤੀਜੀ ਆਪਸ਼ਨ ਹੈ, ਯਾਨੀ ਕਿ 4 ਇਹਦੇ ਮੁੱਲ ਸੰਭਵ ਨੇ। ਅੱਗੇ ਦੇਖੋ, ਕੋਈ ਸੰਖਿਆ 5 ਅਤੇ 6 ਨਾਲ ਵੰਡੀ ਜਾਂਦੀ ਹੈ, ਤਾਂ ਕਹਿੰਦੇ ਇਹ ਕਿਹੜੀ ਸੰਖਿਆ ਨਾਲ ਹਮੇਸ਼ਾ ਨਹੀਂ ਵੰਡੀ ਜਾਵੇਗੀ? ਇੱਕ ਤਾਂ ਕਹਿੰਦਾ ਵੰਡੀ ਜਾਵੇਗੀ, ਨਹੀਂ ਵੰਡੀ ਜਾਵੇਗੀ। ਹੁਣ 5 ਨਾਲ ਵੀ ਵੰਡੀ ਜਾਂਦੀ ਹੈ, 6 ਨਾਲ ਵੀ ਵੰਡੀ ਜਾਂਦੀ ਹੈ। ਤਾਂ ਜੇ ਮੈਂ ਐਲਸੀਅਮ ਲੈਣਾ 5 ਦੇ ਗਿਆ, 1, 6, 6, 30, ਤਾਂ 30 ਹੈ ਜਿਹੜੀ ਹਮੇਸ਼ਾ ਵੰਡੀ ਜਾਊ। 30 ਤੋਂ ਛੋਟੀ ਕੋਈ ਵੀ ਹੋਵੇ ਉਹਦੇ ਨਾਲ ਹੀ ਵੰਡੀ ਜਾਊ। ਦੇਖੋ 10, ਇਹ ਵੀ ਵੰਡੀ ਜਾਊ, 15 ਨਾਲ ਵੀ ਵੰਡੀ ਜਾਊ, ਕਿਉਂ 5 ਅਤੇ 6 ਨਾਲ ਜਿਹੜੀ ਵੰਡੀ ਜਾਂਦੀ ਹੈ ਉਹ ਸਭ ਤੋਂ ਛੋਟੀ ਕਿੰਨੀ ਹੈ? 30। ਫਿਰ 60 ਅੱਗੇ ਨਾ, ਤਾਂ 30 ਵੀ ਵੰਡਿਆ ਜਾਊ, ਤਿੰਨੋਂ ਤਾਂ ਵੰਡੇ ਜਾਣਗੇ, ਤਾਂ ਕਿਹੜਾ ਬਚ ਗਿਆ ਤੁਹਾਡਾ? 60, ਕਿਉਂ 5 ਅਤੇ 6 ਨਾਲ ਮੰਨ ਲਓ 30 ਵੰਡਿਆ ਜਾਂਦਾ, 30 5 'ਤੇ ਵੀ ਵੰਡਿਆ ਜਾਂਦਾ, 30 6 'ਤੇ ਵੀ ਵੰਡਿਆ ਜਾਂਦਾ, ਪਰ ਕੀ 30 60 'ਤੇ ਵੰਡਿਆ? ਨਹੀਂ ਵੰਡਿਆ ਜਾਂਦਾ, ਕਿਉਂ 30 ਨੂੰ ਵੰਡ ਕੇ ਦੇਖੋ 60 'ਤੇ ਕਿੰਨਾ ਆ ਗਿਆ? 1/2, ਇਹ ਤਾਂ ਪੂਰਾ ਆਇਆ ਹੀ ਨਹੀਂ, ਅਤੇ ਇਹਦਾ ਮਤਲਬ 60 ਤੁਹਾਡਾ ਕੀ ਆ ਗਿਆ? ਆਂਸਰ ਆ ਗਿਆ। ਅੱਗੇ ਹੈ, ਮੋਰਨਿੰਗ ਵਾਕ 'ਤੇ ਜਾਂਦੇ ਨੇ 3 ਬੰਦੇ, ਅਤੇ ਉਹਨਾਂ ਦੇ ਸਟੈਪ ਕਿੰਨੇ ਕਿੰਨੇ ਨੇ? 80, 85 ਅਤੇ 90। ਕਹਿੰਦੇ ਮਿਨੀਮਮ ਡਿਸਟੈਂਸ ਦੱਸਣਾ ਜਦੋਂ ਉਹਨਾਂ ਦਾ ਸਟੈਪ ਮਿਲ ਜਾਣਗੇ, ਜਿੱਥੇ ਬੇਟਾ ਮਿਨੀਮਮ ਆ ਗਿਆ, ਘੱਟ ਤੋਂ ਘੱਟ ਕਿੰਨੀ ਦੂਰੀ ਲਿਖਿਆ ਆ ਗਿਆ, ਉੱਥੇ ਤੁਸੀਂ ਬਸ ਬੇਝਿਜਕ ਬਿਨਾਂ ਰੁਕੇ ਟੁਕੇ ਕੀ ਕੱਢ ਲਓ? ਐਲਸੀਐਮ 80, 85 ਅਤੇ 90 ਦਾ। ਛੋਟੇ ਜਿਹੇ ਮਤਲਬ ਕੀਤਾ, ਪਹਿਲਾਂ 5 'ਤੇ ਗਿਆ, 16, 17, 18, ਫਿਰ 2 'ਤੇ ਗਿਆ, 8, 17 ਅਤੇ 9। ਅੱਗੇ ਲੋੜ ਨਹੀਂ ਹੈ ਕਿਉਂਕਿ ਕੋਈ ਵੀ ਇਹਨਾਂ 'ਚ ਸਾਂਝੀ ਚੀਜ਼ ਹੈ ਨਹੀਂ ਗੀ,
ਇਹਨਾਂ ਨੂੰ ਵੰਡ ਗੁਣਾ ਕਰ ਦਿਓ, 5 × 8 × 17 × 9 5 × 10 10 88 80 9 720 ਇੰਨੀ ਤਾਂ ਗੁਣਾ ਜਵਾਨੀ ਹੋ ਗਈ। 720 ਨੂੰ 17 ਨਾਲ ਗੁਣਾ ਕਰੋ ਕਿੰਨਾ ਜੂ 12,240 ਤਾਂ 12,240 ਤੁਹਾਡਾ ਕੀ ਆ ਗਿਆ ਆਂਸਰ ਆ ਗਿਆ 12,240 ਮਤਲਬ ਪਹਿਲੀ ਆਪਸ਼ਨ ਤੁਹਾਡਾ ਕੀ ਹੈ ਆਂਸਰ। ਲਾਸਟ ਸਵਾਲ ਅੱਜ ਦੀ ਵਰਕਸ਼ੀਟ ਦਾ ਬੜਾ ਹੀ ਵਧੀਆ ਅਤੇ ਇੰਪੋਰਟੈਂਟ ਸਵਾਲ ਹੈ। ਟੋਟਲ ਨੰਬਰ ਆਫ ਡਿਜਿਟ ਪ੍ਰਿੰਟਡ ਇਫ ਏ ਬੁੱਕ ਕੰਟੇਨਿੰਗ 150 pages 150 pages ਅੰਕਿਤ ਕਹਿੰਦੇ ਕਿੰਨੇ ਅੰਕ ਨੇ ਟੋਟਲ, ਅੰਕਾਂ ਦੀ ਗਿਣਤੀ ਪੁੱਛਿਆ। ਹੁਣ ਦੇਖੋ ਜੋ ਕਿਤਾਬ ਦੇ ਉੱਤੇ ਲਿਖਿਆ ਹੋਇਆ ਕਿੱਥੋਂ ਸ਼ੁਰੂ ਹੁੰਦਾ, 1 ਤੋਂ, ਇੱਦਾਂ ਹੀ ਲਿਖਿਆ ਹੋਣਾ। 5 ਫਿਰ ਕਿੱਥੇ ਤੱਕ ਜਾਊਗਾ, 9, ਫਿਰ 10, ਫਿਰ 11, ਫਿਰ ਕਿੱਥੇ ਜਾਊਗਾ, 99, ਫਿਰ 100, ਫਿਰ 101, ਲਾਸਟ 'ਤੇ ਕਿੰਨਾ ਆਊਗਾ, 150। ਠੀਕ ਹੈ, ਹੁਣ ਅੰਕ ਪੁੱਛਿਆ ਕਿੰਨੇ ਜੇ, ਅੰਕ ਦੇਖੋ ਪਹਿਲੇ 9 ਦੇ ਵਿੱਚ ਕਿੰਨੇ ਕਿੰਨੇ ਅੰਕ ਨੇ, 1-1 ਅੰਕ ਹੈ। ਫਿਰ 10 ਤੋਂ ਲੈ ਕੇ 99 ਤੱਕ ਕਿੰਨੇ ਅੰਕ ਨੇ, 2-2 ਅੰਕ ਨੇ। ਫਿਰ 100 ਤੋਂ ਲੈ ਕੇ 150 ਤੱਕ ਕਿੰਨੇ ਕਿੰਨੇ ਅੰਕ ਨੇ, 3-3 ਅੰਕ ਨੇ। ਬਸ ਇਹ ਮਨ 'ਚ ਰੱਖਣਾ। ਹੁਣ ਆਪਾਂ ਕਰਦੇ ਹਾਂ, ਪਹਿਲੇ 1 ਤੋਂ ਲੈ ਕੇ 9 ਤੱਕ ਕਿੰਨੇ ਅੰਕ ਹੋਏ, 1-1 ਅੰਕ ਕਿੰਨੇ ਵਾਰੀ, 9 ਵਾਰੀ, ਤਾਂ ਚਲੋ ਇਹ 9 ਅੰਕ ਹੋ ਗਏ। ਫਿਰ 10 ਤੋਂ ਲੈ ਕੇ 99 ਤੱਕ ਕਿੰਨੇ ਨੰਬਰ ਹੋਏ, 10 ਤੋਂ ਲੈ ਕੇ 99 ਤੱਕ। ਕਈ ਬੱਚੇ ਬੋਲਦੇ ਆ 89, 99 'ਚ 10 ਘਟਾ ਜਾਂਦੇ ਆ, 89 ਨਹੀਂ ਹੋਏ ਬੇਟਾ, ਇਹ ਹੋ ਗਏ ਤੁਹਾਡੇ 90 ਅੰਕ। ਅਤੇ ਟੋਟ ਹੈ ਕਿੰਨੇ ਕਿੰਨੇ ਅੰਕ ਨੇ ਹਰੇਕ 'ਚ, 2-2, ਤਾਂ 2 × 90 ਕਿੰਨੇ ਹੋ ਗਏ, 180। ਅਤੇ ਹੁਣ ਆ ਗਿਆ ਆਪਣਾ 100 ਤੋਂ ਲੈ ਕੇ 150 ਤੱਕ ਕਿੰਨੇ ਅੰਕ ਹੋਏ, ਟੋਟਲ ਨੰਬਰ ਕਿੰਨੇ ਹੋਏ। ਉਹੀ ਕਈ ਬੱਚੇ 50 ਲਿਖਦੇ, 50 ਨਹੀਂ ਹੈਗੇ ਬੇਟਾ, 51 ਨੇ, 1 ਵੱਧ ਹੈ। ਦੁੱਧ ਦੇ ਹਿਸਾਬ ਵਾਂਗੂ ਹੈ ਵੀ 2 ਤਰੀਕ ਨੂੰ ਦੁੱਧ ਆਉਣ ਲੱਗਿਆ, 4 ਨੂੰ ਹਟ ਗਿਆ, 2 ਦਿਨ ਨਹੀਂ ਦੁੱਧ ਆਇਆ, ਦੁੱਧ 3 ਦਿਨ ਆਇਆ। ਤਾਂ ਇੱਥੇ ਕਿੰਨੇ ਅੰਕ ਨੇ ਟੋਟਲ 1 'ਚ, 3-3, ਤਾਂ 3 ਨਾਲ ਗੁਣਾ ਕਰ ਦਿਓ, ਕਿੰਨਾ ਬਣ ਗਿਆ, 151 153 ਹੁਣ ਤਿੰਨਾਂ ਦਾ ਕਰ ਦਿਓ ਜੋੜ, ਤੁਹਾਡਾ ਆ ਗਿਆ ਆਂਸਰ। 9 ਅਤੇ 3 12, 1 ਅਸਲ, 8 ਅਤੇ 5 13 ਅਤੇ 1 14, 1 ਅਸਲ, 3, ਤਾਂ ਆਂਸਰ ਆ ਗਿਆ ਤੁਹਾਡਾ 342 342। ਠੀਕ ਹੈ ਬੇਟਾ, ਵਧੀਆ ਲੱਗਿਆ ਤਾਂ ਬਾਕੀ ਬੱਚਿਆਂ ਨੂੰ ਵੀ ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਕੀ ਕਰਨਾ, ਸਬਸਕ੍ਰਾਈਬ। ਥੈਂਕ ਯੂ।